ਪੰਜਾਬੀ ਐਕਟੀਵਿਟੀ ਦੀ ਪੇਸ਼ਕਸ਼। ਸ਼੍ਰੀ ਭੈਰਵ ਨਾਥ ਜੀ ਗੱਦੀ ਨਿਸ਼ੇਨ ਸਵਰਗੀ ਸੰਤ ਸ਼੍ਰੀ ਭਗਵਾਨ ਦਾਸ ਜੀ ਕਾ ਗੁਰੂ ਪੂਰਨਿਮਾ ਕੇ ਦਿਨ 13ਵਾਂ ਵਿਸ਼ਾਲ ਭੰਡਾਰਾ ਮੌਜੂਦਾ ਸੇਵਾਦਾਰ ਸਾਈ ਜੀ ਦੁਆਰਾ ਤੁੰਗਾ ਵਾਲਾ ਗੇਟ ਫਰੰਟ ਐਵਨਿਊ ਮੇ ਬੜੀ ਧੂਮਧਾਮ ਕੇ ਸਾਥ ਮਨਾਇਆ ਗਿਆ। ਇਸ ਵੇ ਪੰਜਾਬ ਭਰ ਸੇ ਸੰਗੀਤ ਪਾਰਟੀਆਂ ਨੇ ਬਾਬਾ ਜੀ ਕਾ ਗੁਣਗਾਨ ਕੀਆ। ਇਸ ਅਵਸਰ ਪਰ ਮੁੱਖ ਸੇਵਾਦਾਰ ਬੇਅੰਤ ਰਾਜ ਜੀ ਔਰ ਸਾਈ ਭਗਤ ਜੀ ਨੇ ਬਤਾਇਆ ਕਿ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਬਾਬਾ ਭੈਰਵ ਨਾਥ ਜੀ ਕਾ ਵਿਸ਼ਾਲ ਭੰਡਾਰੇ ਕਾ ਆਯੋਜਨ 27 ਜੁਲਾਈ ਕੋ ਦਿਨ ਸ਼ੁੱਕਰਵਾਰ ਕੋ ਮਨਾਇਆ ਗਿਆ। ਇਸ ਵਿਸ਼ਾਲ ਭੰਡਾਰੇ ਮੇਂ ਦੇਸ਼ ਵਿਦੇਸ਼ ਔਰ ਸੇ ਆਈ ਹੋਈ ਸੰਗਤੋਂ ਨੇ ਹਾਜ਼ਰੀ ਲਗਵਾਈ ਔਰ ਬਾਬਾ ਜੀ ਕਾ ਆਸ਼ੀਰਵਾਦ ਪ੍ਰਾਪਤ ਕੀਆ। ਇਸ ਮੌਕੇ ਪਰ ਬਾਬਾ ਜੀ ਨੇ ਪ੍ਰੈਸ ਸੇ ਬਾਤਚੀਤ ਕਰਤੇ ਹੋਏ ਕਿਹਾ ਕਿ ਮੇਰਾ ਨਾਮ ਜੀ ਅਜੇ ਸ਼ਰਮਾ ਜੀ, ਅਸੀਂ ਭੰਡਾਰਾ ਕਰਾ ਰਹੇ ਆਪਣੇ ਗੁਰੂਗਾ ਜੀ ਔਰ ਇਹ 13ਵਾਂ ਭੰਡਾਰਾ ਜੀ, ਤਾਂ ਇਹ 90 ਸਾਲ ਪੁਰਾਣੀ ਗੱਦੀ ਸਾਡੀ ਹੈਗੀ ਹੈ ਜੀ, ਠੀਕ ਹੈ ਜੀ, ਚੱਲਦੀ ਆਈ ਹੈ ਪਿੱਛੋਂ। ਜਦੋਂ ਜੀ ਸਾਡੇ ਗੁਰੂ ਦੀ ਡੈਥ ਹੋ ਗਈ, ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਬਿਠਾਤਾ ਗੱਦੀ 'ਤੇ, ਉਸ ਤੋਂ ਬਾਅਦ ਮੈਂ ਭੰਡਾਰੇ ਕਰਾ ਰਿਹਾ ਜੀ। ਅੱਜ ਵੀ ਇਹਨਾਂ ਦਾ ਭੰਡਾਰਾ ਹੈ ਜੀ, 13ਵਾਂ ਭੰਡਾਰਾ ਜੀ, ਅਤੇ ਆਪਣਾ ਜੀ ਸਤਾਰਾ ਜੀ ਆ ਰਹੇ ਨੇ, ਪਾਲਟੀ ਸਤਾਰੇ ਵੀ ਆ ਰਹੇ ਆ, ਉਹ ਭਜਨ ਕੀਰਤਨ ਕਰ ਰਹੇ ਆ ਔਰ ਬਾਕੀ ਆਪਣੇ ਚੀਜ਼ ਦੇ ਬਾਲਕ ਜਿੰਨੇ ਸਭ ਸੇਵਾਦਾਰ ਜੋ ਵੀ ਹਾਜ਼ਰ ਹੈ। ਇਸ ਮੌਕੇ ਪਰ ਰਘਵੀਰ ਕਪੂਰ, ਰੋਹਿਤ ਸ਼ਰਮਾ, ਸਮੀਰ ਸ਼ਰਮਾ, ਰਾਜ ਸ਼ਰਮਾ, ਗੌਰਵ ਸ਼ਰਮਾ, ਟੋਨੀ, ਰਾਹੁਲ ਸ਼ੋਰੀ, ਅਜੇ ਸੌਰਵ ਸ਼ਰਮਾ, ਰੋਹਿਤ ਸ਼ਰਮਾ, ਸਿੰਘਾਨੀਆ, ਕਵਲਜੀਤ ਸਿੰਘ, ਰਾਜ ਸ਼ਰਮਾ ਆਦਿ ਸੇਵਾਦਾਰੋਂ ਨੇ ਹਾਜ਼ਰੀ ਲਗਵਾਈ। ਅੰਮ੍ਰਿਤਸਰ ਪੰਜਾਬੀ ਐਕਟਰ ਟੀਵੀ ਸੇ ਮਧੁਰ ਰਾਜਪੂਤ ਕੇ ਸਾਥ ਸੋਨੂ ਖਾਨਕੋਟ ਕੀ ਵਿਸ਼ੇਸ਼ ਰਿਪੋਰਟ।